ਵਾਹਿਗੁਰੂ ਜੀ ਫਤਿਹ। ਸਾਨੂੰ ਅੱਜ ਬੜਾ ਮਾਣ ਤੇ ਖੁਸ਼ੀ ਹੈ ਕਿ ਸਰ ਗੁਰਮੀਤ ਸਿੰਘ ਸ਼ੰਟੀ ਜੀ ਮੈਂਬਰ DGMC ਜਿਹੜੇ ਆਜ਼ਾਦ ਜਿੱਤੇ ਸੀ ਤੇ ਜਿਹੜੇ ਦਿੱਲੀ ਦੀ ਸਿਆਸਤ ਵਿੱਚ ਇਹਨਾਂ ਦਾ ਬੜਾ ਨਾਂ ਹੈ, ਬੜੀ ਮਿਹਨਤੀ ਹੈ, ਬੜਾ ਇਹਨਾਂ ਨੇ ਪਿਆਰ ਕਮਾਇਆ, ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹੈ ਆਪਣੇ ਸਾਰੇ ਸਾਥੀਆਂ ਦੇ ਸਮੇਤ ਸਾਰੀ ਟੀਮ ਦੇ ਨਾਲ। ਮੈਂ ਸਾਰੀ ਟੀਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ 'ਤੇ ਜੀ ਐਂ ਕਹਿਣਾ, ਸ਼ੰਟੀ ਜੀ ਨੂੰ ਜੀ ਐਂ ਕਹਿਣਾ, ਉਹਨਾਂ ਨੂੰ ਪੂਰੇ ਪਰਿਵਾਰ ਵਾਂਗੂ ਰੱਖਾਂਗੇ, ਪੂਰੇ ਮਾਨ ਸਤਿਕਾਰ ਉਹਨਾਂ ਨੂੰ ਦੇਵਾਂਗੇ। ਜਿਵੇਂ ਆਪ ਜੀ ਜਾਣਦੇ ਹੋ ਕਿ 99 ਸਾਲ ਪੁਰਾਣੀ ਪਾਰਟੀ, ਅਗਲੇ ਸਾਲ 100 ਸਾਲ ਪੁਰਾਣੀ ਪਾਰਟੀ, ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡੀ ਕੁਰਬਾਨੀ ਜੇ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ। ਅੰਗਰੇਜ਼ਾਂ ਨੇ ਇੱਕ ਕਾਲਾ ਪਾਣੀ ਦੀ ਜੇਲ੍ਹ ਬਣਾਈ, ਨਾਈਨਟੀ ਫੋਰ ਪਰਸੈਂਟ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਸੀ ਆਪਣੇ ਸਿੱਖ ਭੈਣ ਭਰਾ ਸੀ। ਦੇਖੋ ਕਿੱਡੀ ਵੱਡੀ ਕੁਰਬਾਨੀ ਹੈ। ਜਦੋਂ ਚਾਬੀਆਂ ਦਾ ਮੋਰਚਾ ਆਪਾਂ ਜਿੱਤਿਆ, ਗਾਂਧੀ ਜੀ ਨੇ ਚਿੱਠੀ ਲਿਖੀ ਕਿ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਪੰਥ ਨੇ ਜਿੱਤਾ ਦੀ। ਸੋ ਐਡਾ ਵੱਡਾ ਸੰਘਰਸ਼ ਵਾਲਾ ਆਪਣਾ ਹਿਸਟਰੀ ਹੈ, ਇੰਨੀ ਕੁਰਬਾਨੀ ਵਾਲੀ ਪਾਰਟੀ ਹੈ, ਤਾਂ ਹੀ ਇਹਨੂੰ ਇਕੱਲੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ, ਕਿਸੇ ਨੂੰ ਕਹਿੰਦੇ ਕਾਂਗਰਸ ਨੂੰ ਨਹੀਂ ਕਹਿੰਦੇ, ਹੋਰ ਕਿਸੇ ਨੂੰ ਨਹੀਂ ਕਹਿੰਦੇ। ਜਿੰਨੀਆਂ ਵੀ ਪਾਰਟੀਆਂ, ਭਾਵੇਂ ਭਾਰਤੀ ਜਨਤਾ ਪਾਰਟੀ ਹੈ, ਭਾਵੇਂ ਕਮਿਊਨਿਸਟ ਹੈ, ਕੋਈ 40 ਸਾਲ ਪੁਰਾਣੀ ਹੈ, ਕੋਈ 50 ਸਾਲ, ਦੱਸੇ 100 ਸਾਲ ਪੁਰਾਣੀ। ਅੱਛਾ, ਵੱਡੀ ਗੱਲ ਹੈ, ਸਿੱਖ ਕੌਮ ਇਕੱਲੀ ਕੌਮ ਹੈ ਜਿਹਨੂੰ ਹੱਕ ਮਿਲਿਆ, ਰਾਈਟ ਮਿਲਿਆ, ਪਾਰਲੀਮੈਂਟ ਦੇ ਐਕਟ ਰਾਹੀਂ ਮਿਲਿਆ ਕਿ ਆਪਾਂ ਗੁਰੂ ਧਾਮਾਂ ਦੀ ਸੇਵਾ ਸੰਭਾਲ ਇਲੈਕਸ਼ਨ ਰਾਹੀਂ ਆਪਾਂ ਕਰਦੇ ਹਾਂ। ਦੇਖੋ ਇੱਕ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਸ਼ਾਇਦ ਕਈ ਨੌਜਵਾਨ ਨਹੀਂ ਪਤਾ, ਉਹ ਸੋਚਦੇ ਹੈ ਕਿ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ, ਇੱਕ ਪ੍ਰਬੰਧਕ ਕਮੇਟੀ 'ਚ ਇੱਕ ਪਾਰਟੀ ਦਾ ਕਬਜ਼ਾ ਹੈ, ਕਬਜ਼ਾ ਕਿਸੇ ਦਾ ਨਹੀਂ। ਜਦੋਂ ਦੀ 1920 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ 100 ਸਾਲ ਹੋਣ ਵਾਲੇ ਆ, ਤੁਹਾਨੂੰ ਪਤਾ ਹੋਣਾ ਹੈ। ਸਭ ਤੋਂ ਪਹਿਲੇ ਜਿਹਨੇ ਆਪਣੇ ਬਜ਼ੁਰਗ ਸੀ, ਸਾਰੀ ਲੀਡਰਸ਼ਿਪ ਸੀ, ਜਦੋਂ ਮਹੰਤਾਂ ਨੂੰ ਆਪਣੇ ਗੁਰੂ ਘਰਾਂ ਤੋਂ ਆਜ਼ਾਦ ਕਰਾਇਆ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, 151 ਮੈਂਬਰ ਦੀ ਕਮੇਟੀ ਸੀ। ਜਦੋਂ ਉਹਨਾਂ ਨੇ ਕਮੇਟੀ ਬਣਾ ਲਈ, ਫਿਰ ਉਹਨਾਂ ਨੇ ਸੋਚਿਆ ਕਿ ਆਹ ਤਾਂ ਆਪਣਾ ਧਾਰਮਿਕ ਹੈਗਾ, ਜੇ ਆਪਾਂ ਆਪਣੀ ਕੌਮ ਨੂੰ ਤਕੜਾ ਕਰਨਾ, ਆਪਣਾ ਸਿਆਸੀ ਵਿੰਗ ਵੀ ਹੋਣਾ ਚਾਹੀਦਾ ਹੈ। ਤਾਂ ਇੱਕ ਮਹੀਨੇ ਬਾਅਦ ਉਹਦੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ।